ਡਰਗ ਤਸਕਰ ਦੇ ਖਿਲਾਫ ਅਮਰਸਰ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ 2 ਕਿਲੋ ਹਿਰੋਇਨ ਦੇ ਨਾਲ ਇੱਕ ਤਸਕਰ ਨੂੰ ਕਾਬੂ ਕੀਤਾ ਗਿਆ ਸਭ ਤੋਂ ਜਿਹੜਾ ਵੱਡਾ ਨੈਟਵਰਕ ਹੈ ਇਸ ਵਾਰੀ ਸਾਹਮਣੇ ਆਇਆ ਹੈ ਪੁਲਿਸ ਨੂੰ ਜਿਹੜੀ ਕੜੀ ਮਿਲੀ ਹੈ ਕਿ ਯੂਰਪ ਤੋਂ ਬੈਠ ਕੇ ਇਹ ਕੁਝ ਲੋਕ ਆਪਰੇਟ ਕਰ ਰਹੇ ਸਨ ਤੇ ਕੁਝ ਐਸੀ ਹਿਰੋਇਨ ਦੇ ਵਿੱਚ ਕੋਈ ਐਸਾ ਪਾਊਡਰ ਜਾਂ ਕੈਮੀਕਲ ਮਿਕਸ ਕੀਤਾ ਜਾ ਰਿਹਾ ਜਿਸ ਦੇ ਨਾਲ ਉਹਦੀ ਕੁਆਂਟੀਟੀ ਨੂੰ ਵਧਾਇਆ ਜਾ ਸਕੇ ਸਨ ਨਾਲੇ ਅਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਿਸ ਅਫਸਰ ਸਸ਼ੀ ਕਾਲ ਜੀ ਸਸ ਜੀ ਪੁਲਿਸ ਅਪਏ ਕੀ ਹੈ ਸਾਰਾ ਮੈਟਰ ਜੀ ਦੇਖੋ ਇੱਕ ਨਵਾਂ ਜਿਹੜਾ ਨੈਟਵਰਕ ਸਾਹਮਣੇ ਆਇਆ ਕਿ ਯੂਰਪ ਚੋਂ ਬੈ ਕੇ ਆਪਰੇਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਇੱਕ ਨੈਟਵਰਕ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਬਾਹਰ ਬੈਠੇ ਲੋਕ ਇਹ ਸੋਚਦੇ ਕਿ ਅਸੀਂ ਇੰਡੀਅਨ ਲਾਅ ਤੋਂ ਬਚੇ ਹੋਏ ਆ ਜੀ ਔਰ ਭੋਲੇ-ਪਾਲੇ ਨੌਜਵਾਨਾਂ ਨੂੰ ਇਸ ਕੰਮ ਚ ਫਸਾਉਂਦੇ ਆ ਪੈਸੇ ਦੇ ਲਾਲਚ ਨਾਲ ਵੀ ਔਰ ਬਾਹਰ ਬੁਲਾਉਣ ਦੇ ਲਾਲਚ ਨਾਲ ਵੀ ਉਸੇ سلسلے ਚ ਇਹ ਇੱਕ ਹੋਰ ਕੇਸ ਹੈ ਜਿਚ 2 ਕਿਲੋ ਹਿਰੋਇਨ ਬਰਾਮਦ ਹੋਈ ਹੈ ਇੱਕ ਤਸਕਰ ਫੜਿਆ ਗਿਆ ਮੇਨ ਜਸਵੀਰ ਸਿੰਘ ਏ ਸਾਡੇ ਲੋਪੋਕੇ ਪੁਲਿਸ ਸਟੇਸ਼ਨ ਹੈ ਅਮਰਸਾ ਰੂਰਲ ਦਾ ਉਥੋਂ ਦਾ ਰਹਿਣ ਵਾਲਾ ਤਕਰੀਬਨ 21 ਸਾਲ ਦੀ ਉਮਰ ਹੈ ਔਰ 12ਵੀਂ ਪੜਿਆ ਹੋਇਆ ਸੋ ਬੇਸਿਕਲੀ ਸਾਲਕ ਤੋਂ ਇਹ ਇਸ ਜਿਹੜਾ ਕਾਟਰਲ ਹੈ ਉਹਦੇ ਨਾਲ ਜੁੜਿਆ ਹੋਇਆ ਹੈ ਦੋ ਇਹਦੇ ਮੇਨ ਬੰਦੇ ਹੋਰ ਨੇ ਸਾਥੀ ਜਿਹੜੇ ਬਾਰਡਰ ਏਰੀਏ ਦੇ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਔਰ ਹੈਂਡਲਰ ਨੂੰ ਵੀ ਬਾਹਰੋਂ ਅਸੀਂ ਨਾਮਿਨੇਟ ਕਰਾਂਗੇ ਇਹਦੇ ਕੇਸ 'ਚ ਮੇਨ ਕਾਲੇ ਕੇਸ ਬਾਕੀ ਉਹਨਾਂ ਡਿਫਰੈਂਟ ਈ ਆਈ ਕਿ ਪੈਸੇ ਤੇ ਲਾਲਚ ਵਾਸਤੇ ਕੁਆਂਟੀਟੀ ਵਧਾਉਣ ਦੀਆਂ ਗੱਲਾਂ ਵੀ ਇਹਨਾਂ ਚ ਆਈਆਂ ਕਿ ਕਿਸ ਤਰ੍ਹਾਂ ਕੋਈ ਕੈਮੀਕਲ ਲੱਭਿਆ ਜਾਵੇ ਕਿ ਅਸੀਂ ਜੇਸਪੁਰੂ 1 ਕਿਲੋ ਹੀਰੋਇਨ ਨੂੰ 1.5 ਕਿਲੋ ਬਣਾ ਕੇ ਵੇਚ ਦਈਏ ਤਾਂ ਸਾਨੂੰ 4 ਪੈਸੇ ਫालतੂ ਹੋਣ ਉਹ ਵੀ ਅਸੀਂ ਐਂਗਲ ਸਾਰਾ ਦੇਖ ਰਹੇ ਹਾਂ ਔਰ ਜਦੋਂ ਇਹਦੇ ਨਾਲੇ ਤੇ ਸਾਥੀ ਫੜੇ ਜਾਂਦੇ ਆ ਤਾਂ ਮੈਨੂੰ ਉਮੀਦ ਹੈ ਕਿ ਬਹੁਤ ਸਾਰੀਆਂ ਗੱਲਾਂ ਹੋਰ ਨਵੀਆਂ ਆਉਣਗੀਆਂ ਕਿ ਕ੍ਰਾਸ ਬਾਰਡਰ ਕਿੱਦਾਂ-ਕਿੱਦਾਂ ਕੱਲੀ ਡਰੱਗ ਵੀ ਆਈ ਹੈ ਜਾਂ ਵੈਪਨ ਵੀ ਆਏ ਆ یا فاینانشل جړه ਹਵਾਲਾ ਜਾਂ ਹੋਰ ਚੀਜ਼ਾਂ ਨੇ ਉਹ ਵੀ ਅਸੀਂ ਸਾਰੀਆਂ ਇਨਵੈਸਟੀਗੇਟ ਕਰਾਂਗੇ ਪੁਲਿਸ ਆਫ ਸ਼ੈਦ ਦੇ ਪੰਜਾਬ ਚ ਪਹਿਲਾ ਮਾਮਲਾ ਜੀ ਆਮਰਸਰ ਦੇ ਵਿੱਚ ਪਹਿਲਾ ਮਾਮਲਾ ਜਿਹਦੇ ਵਿੱਚ ਕੋਈ ਕੈਮੀਕਲ ਦੇ ਨਾਲ ਹਿਰੋਇਨ ਬਣਾਉਣ ਦੀ ਗੱਲ ਸਾਹਮਣੇ ਆਈ ਕਿਉਂਕਿ ਪਹਿਲੇ ਇੱਕ ਆਈਸ ਜਿਹੜੀ ਹੈ ਉਹਨੂੰ ਲੈ ਕੇ ਵੀ ਬੜੀਆਂ ਚਰਚਾਵਾਂ ਸੀਗੀਆਂ ਤੇ ਕਿਉਂਕਿ ਸਮਗਲਰ ਪੁਲਿਸ ਦੀ ਕਿਉਂਕਿ ਨੈਟਵਰਕ ਜਿਹੜਾ ਅੱਗੇ ਨਾਲੋਂ ਵਧਿਆ ਹੈ ਕਾਫੀ ਸਾਰੀ ਰਿਕਵਰੀ ਵੀ ਹੋ ਰਹੀ ਹੈ ਪਿਛੇ 5 ਕਿਲੋ ਹਿਰੋਇਨ ਵੀ ਤੋੜੇ ਦਿਨ ਪਹਿਲੇ ਪਕੜੀ ਗਈ ਉਹਨੂੰ ਲੈ ਕੇ ਇੱਕ ਤੁਹਾਨੂੰ ਲੱਗ ਰਿਹਾ ਕਿ ਇੱਕ ਪੂਰਾ ਬਦਲ ਰਿਹਾ ਆਪਣਾ ਮੋਡਸ ਆਪਰੇਂਡੀ ਨਹੀਂ ਬਦਲ ਨਹੀਂ ਰ ਦੀ ਕੁਆਂਟੀਟੀ ਵਧਾ ਦਈਏ ਤੇ ਸਾਨੂੰ ਜ਼ਿਆਦਾ ਪੈਸੇ ਮਿਲਣ। ਸੋ ਮਤਲਬ ਬੇਸਿਕਲੀ ਤਾਂ ਗੱਲ ਇਹ ਆਈ ਕਿ ਟੋਟਲ ਲਾਲਚ ਹੈ। ਜੀ ਕਿ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ ਮਤਲਬ ਆਪ ਤਾਂ ਬਣ ਹੀ ਰਹੇ ਨੇ ਉਹਨਾਂ ਦੇ। ਪੁਲਿਸ ਸਾਹਿਬ ਇਹ ਵੀ ਦੇਖਣ ਚਾਹੀਦੇ ਵੀ ਕਿ ਆ ਇਹਨਾਂ ਨੂੰ ਨੌਜਵਾਨ ਜਿਵੇਂ 21 ਸਾਲ ਤੁਸੀਂ ਉਮਰ ਦੱਸੀ ਹੈ ਜੀ ਬਾਰਡਰ ਏਰੀਆ ਦਾ ਰਹਿਣ ਵਾਲਾ ਤੇ ਚਾਂਸਾ ਦਿੱਤਾ ਜਾਂਦਾ ਵੀ ਤੁਹਾਨੂੰ ਅਸੀਂ ਉੱਥੇ ਬੁਲਾ ਲਵਾਂਗੇ। ਦੋਨੇ ਗੱਲਾਂ ਆ ਜੀ। ਮਤਲਬ ਕਈ ਕੇਸਾਂ ਚ ਆਉਂਦੀ ਇਸ ਕੇਸ ਤਾਂ ਨਹੀਂ ਆਈ ਅਜੇ। ਜੀ ਪੈਸੇ ਦਾ ਇੱਕ ਫਾਈਨੈਂਸ਼ੀਅਲ ਐਂਗਲ ਹੈਗਾ ਦੂਸਰਾ ਹੈਗਾ ਕਿ ਲਾਲਚ ਵੀ ਤੁਹਾਨੂੰ ਅਸੀਂ ਬਾਹਰ ਬੁਲਾ ਲ ਔਰ ਮੈਂ ਬਹੁਤ ਸਾਰੇ ਕੇਸ ਦੇਖੇ ਜਿਨ੍ਹਾਂ ਦੇ ਦੋਨੋਂ ਚੀਜ਼ਾਂ ਜੀ ਥੋੜਾ ਬਹੁਤ ਫਾਈਨੈਂਸ਼ੀਅਲ ਵੀ ਕੋਈ ਐਡਾ ਵੱਡਾ ਇਹਨਾਂ ਨੂੰ ਪ੍ਰੋਫਿਟ ਨਹੀਂ ਦਿੱਤਾ ਜਾਂਦਾ ਯੂਜ਼ ਜ਼ਰੂਰ ਕੀਤਾ ਜਾਂਦਾ ਔਰ ਬਾਹਰ ਤਾਂ ਮੈਂ ਕੁਝ ਜਾਂਦਾ ਦੇਖਿਆ ਹੀ ਨਹੀਂ ਅਜੇ ਤੱਕ ਪੁਲਿਸਾ ਵੀ ਤੁਸੀਂ ਕੁਝ ਦਿਨ ਪਹਿਲੇ ਸੀਗਾ ਅਮਰੀਕਾ ਦੇ ਵਿੱਚੋਂ ਨੈਟਵਰਕ ਚੱਲ ਰਿਹਾ ਸੀ ਤੇ ਚੱਲ ਤੇ ਇਹਦਾ ਕੋਈ ਸਾਹਮਣੇ ਆ ਜੀ ਵੀ ਕਿਸ ਤਰ੍ਹਾਂ ਵੀ ਕਿਵੇਂ ਆਪਰੇਟ ਕਰਦੇ ਸੀ ਕੋਈ ਐਪ ਦੇ ਰਹੀ ਦਾ ਨਾਲ ਗੱਲਬਾਤ ਹੁੰਦੀ ਸੀ ਜਾਂ ਡਰੋਨ ਤੋਂ ਮੰਗਵਾਉਂਦੇ ਸੀ ਇਹ ਕਿਵੇਂ ਨੈਟਵਰਕ ਚੱਲਦਾ ਇਹ ਨੈਟਵਰਕ ਤਾਂ ਦੇਖੋ ਜੀ ਬੜਾ ਸਿੰਪਲ ਹੈ ਸਾਰਾ ਕਿ ਬਾਹਰ ਬੈਠੇ ਉਹ ਬੰਦੇ ਅਕ੍ਰੋਸ ਦਾ ਬਾਰਡਰ ਸਮਗਲਰਜ਼ ਨਾਲ ਟੱਚ ਹੋ ਜਾਂਦੇ ਆ ਉਸ ਵਾਰ ਇੰਡੀਅਨ ਫੁੱਟ ਸੋਲਜਰਸ ਆਪਣੇ ਤਿਆਰ ਕਰਦੇ ਪੰਜਾਬ 'ਚ ਜਨ ਜਨਰਲੀ ਉਹ ਜਿੱਥੋਂ ਦਾ ਬੰਦਾ ਬਾਹਰ ਆਲਾ ਰਹਿਣ ਆਲਾ ਹੁੰਦਾ ਉਸ ਏਰੀਏ ਦੇ ਬੰਦਿਆਂ ਨੂੰ ਯੂਥ ਨੂੰ ਦੇਖ ਲੈਂਦਾ ਕਿ ਇਹ ਟਾਰਗੇਟ ਹੈਗਾ ਜਿਹੜਾ ਗਰੀਬ ਹੈ ਜਾਂ ਲੋੜਵੰਦ ਹੈ ਉਹਨੂੰ ਚਾਂਸਾ ਦੇ ਕੇ ਲਿਓਰ ਕਰਕੇ ਨਾਲ ਆਪਣੇ ਜੋੜ ਲੈਂਦੇ ਆ ਜਿਹੜਾ ਪੁਲਿਸ ਵਾਲਾ ਜਿਹੜਾ ਬੰਦਾ ਫੜਿਆ ਇਹ ਲਾਈਕ ਸਲੀਪਰ ਸੈੱਲ ਹੈ ਜੀ ਉਹਨਾਂ ਲਈ ਕੰਮ ਕਰ ਰਹੇ ਸੀਗੇ ਨਹੀਂ ਸਲੀਪਰ ਸੈੱਲ ਤਾਂ ਨਹੀਂ ਕਹਿ ਸਕਦੇ ਬੰਦਾ ਐਕਟਿਵ ਤਾਂ ਹੈਗਾ ਹੀ ਆ ਜੀ ਇਹ ਬੰਦਾ ਇਹਦੇ ਕੋਲ ਸਮਾਨ ਇੰਨਾ ਮਿਲਿਆ 2 ਕਿਲੋ ਜਿਹੜਾ ਬੰਦਾ ਰੱਖ ਕੇ ਬੈਠਾ ਹੈ ਐਕਟਿਵ ਮੈਂਬਰ ਤਾਂ ਹੈਗਾ ਹੀ ਆ ਪਰ ਇਹਦੇ ਹੋਰ ਵੀ ਸਾਥੀ ਹੈਗੇ ਤੇ ਸਰ ਇਹਨੇ ਡਿਲੀਵਰ ਕਿੱਥੇ ਕਰਨਾ ਸੀ ਤੇ ਉਹਨੂੰ ਫੜਿਆ ਕਿੱਥੋਂ ਗਿਆ ਜੀ ਇਹ ਆ ਰਾਮ ਤੀਰਥ ਰੋਡ ਤੋਂ ਫੜਿਆ ਗਿਆ ਜੀ ਇਹ ਛਾਡੇ ਥਾਣੇ 'ਚ ਅਸੀਂ ਜਿਹੜਾ ਕੇਸ ਦਰਜ ਕੀਤਾ ਹੈ ਔਰ ਡਿਲੀਵਰੀ ਨੇ ਵਕਫਾ ਖੇਰੀਏ ਦੇ ਵਿੱਚ ਦਸੀਆਂ ਸਾਨੂੰ ਹੋਰ ਉਹ ਸਾਰੀ ਇਨਵੈਸਟੀਗੇਟ ਕਰ ਰਹੇ ਤੇ ਹੋਰ ਕੋਈ ਪੁਲਿਸਬ ਦੇਖੋ ਇਹਦਾ ਕੁ ਰਮਾਨ ਲਿਆ ਗਿਆ ਜੀ ਜਾਂ ਦੋ ਦਿਨ ਦਾ ਰਮਾਨ ਤੇ ਹੈ ਜੀ ਅਸੀਂ ਹੋਰ ਲਵਾਂਗੇ ਕੋਈ ਵੈਪਨ ਨਹੀਂ ਕੋਈ ਪੈਸੇ ਕੋਈ ਨਹੀਂ ਉਹ ਅਜੇ ਅਜੇ ਚੱਲ ਰਹੀ ਹੈ ਗੱਲ ਜੀ ਬੈਂਕ ਅਕਾਊਂਟ ਪੁਲਿਸਬ ਲੋਕ ਵੀ ਅੱਗੇ ਵੀ ਕਈ ਵਾਰੀ ਤੁਹਾ ਨਾਲ ਗੱਲ ਹੋਈ ਵੀ ਲੋਕ ਚਾਹਦੇ ਇਨਫੋਰਮੇਸ਼ਨ ਦੇਣਾ ਕਿ ਪੁਲਿਸ ਵੱਲੋਂ ਸਰ ਕੋਈ ਹੈਲਪ ਲਾਈਨ ਵੀ ਨਹੀਂ ਉਹ ਬਿਲਕੁਲ ਅਪਮ ਮੈਂ ਮਢੇਰ ਸਾਹਿਬ ਨੂੰ ਆਲਰੇਡੀ ਕਹਤਾ ਕੱਲ ਤੱਕ ਅਸੀਂ ਤੁਹਾਨੂੰ ਹੋਰ ਨੰਬਰ ਵੀ ਦੇ ਦੇਾਂਗੇ ਉਹਨੂੰ ਪਬਲਿਸ਼ ਵੀ ਕਰਨਗੇ ਔਰ ਡੀਸੀਪੀ ਲੈਵਲ ਤੇ ਚਲੋ ਤੁਹਾਨੂੰ ਅੱਜ ਨਾਲ ਗੱਲ ਕਰਨੀ ਹੈ ਸੰਨ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਜਿਨ੍ਹਾਂ ਦੱਸਿਆ ਕਿ ਇੱਕ ਨਵੇਂ ਤਰੀਕੇ ਦੇ ਨਾਲ ਹੁਣ ਇੱਕ ਨੈਟਵਰਕ ਸਾਹਮਣੇ ਆਇਆ ਯੂਰਪ ਚੋਂ ਬੈਠੇ ਬੰਦੇ ਹੀ ਪੰਜਾਬ ਦੇ ਵਿੱਚ ਆਪਰੇਟ ਕਰ ਰਹੇ ਨੇ ਰਾਮਪੀਤ ਥਾਣੇ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਇੱਕ ਬੰਦੇ ਨੂੰ ਫੜਿਆ ਗਿਆ ਉਮਰ ਵੀ ਛੋਟੀ ਹੈ 21 ਸਾਲ ਦਾ ਨੌਜਵਾਨ ਹੈ ਇਹਨਾਂ ਜਿਹੜੇ ਸਮੱਗਲਰ ਨੇ ਉਹਨਾਂ ਨੇ ਵੀ ਆਪਣੀ ਜੜੀ ਹੋ ਨਾ ਨੈਟਵਰਕ ਵਧਾਉਣ ਵਾਸਤੇ ਜਿਹੜੇ ਨੌਜਵਾਨ ਹੈ ਜਿਨ੍ਹਾਂ ਦਾ ਕੋਈ ਕ੍ਰਿਮਿਨਲ ਬੈਕਗ੍ਰਾਉਂਡ ਨਹੀਂ ਹੈ ਉਹਨਾਂ ਨੂੰ ਆਪਣੇ ਇਸ ਧੰਦੇ ਦੇ ਵਿੱਚ ਸ਼ਾਮਲ ਕਰਨਾ ਸ਼ੁਰੂ ਕਰਤਾ ਜਿਹੜਾ ਕਿ ਬਹੁਤ ਖਤਰਨਾਕ ਹੈ ਪਰ ਪੁਲਿਸ ਵੀ ਪਹਿਲੇ ਨਾਲੋਂ ਕਾਸੀ ਮੁਸਤੈਦ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਡੀਜੀਪੀ ਗੌਰਵ ਯਾਦਵ ਦੇ ਆਦੇਸ਼ਾਂ ਦੇ ਉੱਤੇ ਕੰਮ ਕਰ ਰਹੇ ਨੇ ਤੇ ਹਰ ਜਿਹੜਾ ਇਹਨਾਂ ਦਾ ਕਹਿਣਾ ਹੈ ਪੁਲਿਸ ਜਿਹੜੀ ਇਹ ਮੁਸਤਦੀ ਨਾਲ ਕੰਮ ਕਰ ਰਹੀ ਹੈ ਤੇ ਕੁਝ ਦਿਨਾਂ ਦੇ ਵਿੱਚ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਜਾਏਗਾ ਤਾਂ ਕਿ ਲੋਕ ਵੱਤ ਵੱਤ ਸਾਨੂੰ ਇਨਫੋਰਮੇਸ਼ਨ ਦੇ ਸਕਣ ਅਮਰ ਸਰ ਤੋਂ ਡੀ ਫੋਰਜੁਨਰੀ ਦੀਪਕ ਪੰਡਾਰੀ ਖਸਰਪਟ